grupele sasumitio, vahinuti khalsa, vahinuti jipate, avat pagiho, jo hajdai dhyas din, jis te vich sahib sri guru granth sahib ji da gurgaddi divas de naam de naal manaya ja rha hai. 407 saal baad is tarah lag rha hai ki aap guru sahib ko aap hi sare kaaj karde ne te chatkathni bhi nahi hovegi kyunki guru sahiban ne parmaan ta bahut ne par sangat de vich guru da kal ko sathe paashah da vasa kiya gaya. ਅੱਜ ਜੋ ਇਹ ਛੋਟਾ ਜਿਹਾ ਪਾਲਾ ਕੀਤਾ ਗਿਆ ਹੈ ਉਸ ਦਾ ਮਕਸਦ ਸਿਰਫ ਇੱਕੋ ਇੱਕ ਮਕਸਦ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋ ਫਲਸਫੀ ਹੈ ਗੁਰਬਾਣੀ ਦੇ ਰੂਪ ਦੇ ਵਿੱਚ ਉਸ ਦੇ ਵਿੱਚ ਨਾਮ ਸਿਮਰਨ ਅਭਿਆਸ ਪਾਠ ਕਰਨੇ ਉਸ ਤੋਂ ਬਾਅਦ ਜਿਹੜਾ ਗੁਰਸਿੱਖ ਦਾ ਜੀਵਨ ਸ਼ੁਰੂ ਹੁੰਦਾ ਹੈ ਉਹ ਕੀ ਹੈ ਕਿਉਂਕਿ ਸਿੱਖੀ ਇੱਕ ਪ੍ਰੈਕਟੀਕਲ ਹੈ ਇਹ ਥਰੈਟੀਕਲ ਨਹੀਂ ਹੈ ਇਹਨੂੰ ਆਪਣੇ ਸਾਰੇ ਸੰਸਾਰ ਨੂੰ ਇਸ ਗੱਲ ਬਾਰੇ ਬੜਾ ਸਟੇਜੇ ਢੰਗ ਨਾਲ ਪਤਾ ਹੈ ਔਰ ਅਸੀਂ ਵੀ ਇਸ ਮਾਰਗ 'ਤੇ ਚੱਲਦੇ ਚੱਲਦੇ ਕਿ ਇਹ ਠੀਕ ਹੈ ਹਰ ਹਰ ਅੱਖਰ ਦੋ ਪਾਠ ਹੋਏਗਾ ਖਸਮ ਤਾਂ ਦੇਗਾ ਰਾਗ ਜੋ ਵੀ ਅਸੀਂ ਕੰਮ ਕਰਦੇ ਹਾਂ ਗੁਰੂ ਦੇ ਆਸਰੇ 'ਤੇ ਹੈ ਗੁਰੂ ਦੇ ਭਰੋਸੇ 'ਤੇ ਹੈ ਔਰ ਸਮਰਪਿਤ ਵੀ ਗੁਰੂ ਨਾਨਕ ਦੇਵ ਦਾ ਦੇ ਉੱਤੇ ਹੈ ਤਾਂ ਇਹ ਜੋ ਸੰਸਥਾ ਇੱਥੇ ਸੱਜਣਾ ਦੀ ਮਿਹਨਤ ਦੇ ਸਦਕਾ ਸ਼ੁਰੂ ਹੋਈ ਹੈ ਇਹ ਬਹੁਤ ਨਵੀਂ ਹੈ ਬੜੀ ਯੰਗ ਏਜ ਹੈ ਇਹਦੀ ਅਤੇ ਉਸਦੇ ਵਿੱਚ ਦਾਸ ਨੂੰ ਜੋ ਡਿਊਟੀ ਦਿੱਤੀ ਗਈ ਉਹ ਸਹਾਇਕ ਮੁੱਖ ਸੇਵਾਦਾਰਾਂ ਨੂੰ ਦਿੱਤੀ ਗਈ ਹੈ ਕਿ ਮੈਂ ਉਹਨਾਂ ਨੂੰ ਅਸਿਸਟ ਕਰਨਾ ਹੈ ਜੋ ਕੁਛ ਵੀ ਮੈਨੂੰ ਇਸ ਸੰਸਾਰ ਬਾਰੇ ਪਤਾ ਹੈ ਉਹ ਹਨ ਪ੍ਰੈਜੀਡੈਂਟ ਇਹਨਾਂ ਦੇ ਡਾਕਟਰ ਸਵਰਾਜ ਸਿੰਘ ਜੀ ਜਿਹੜਾ ਹਨ ਜੋ ਕਿ ਇੰਡੀਆ ਗਏ ਹੋਏ ਨੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਲੈ ਲਈ ਹੈ ਅਤੇ ਉੱਥੇ ਬੈਠੇ ਵੀ ਸਾਡੇ ਲਈ ਉਹ ਬਹੁਤ ਲਾਹੇਵੰਦ ਹੋ ਸਕਦੇ ਨੇ ਕਿਉਂਕਿ ਉਹਨਾਂ ਦੀ ਵਿਚਾਰ ਸਿੱਖੀ ਦੇ ਪ੍ਰਤੀ ਜੋ ਜਾਤ ਪਾਤ ਦੇ ਨਾਲ ਹੈ ਉਹ ਬਹੁਤ ਕਲੈਰਿਟੀ ਦੇ ਨਾਲ ਕਰਦੀ ਹੈ ਅਤੇ ਦੂਸਰੇ ਸੀਨੀਅਰ ਵਾਈਸ ਪ੍ਰੈਜੀਡੈਂਟ ਸਾਹਿਬਾਨ ਹਨ ਉਹ ਡਾਕਟਰ ਹਰਚੰਦ ਸਿੰਘ ਜੀ ਹਨ ਜੋ ਕਿ ਸਾਡੇ ਸਮਾਜ ਦੇ ਵਿੱਚ ਚਾਹੇ ਉਹ ਧਰਮ ਦਾ ਕੰਮ ਹੋਵੇ ਚਾਹੇ ਸਮਾਜ ਦਾ ਹੋਵੇ ਚਾਹੇ ਕਲਚਰ ਦਾ ਹੋਵੇ ਅਤੇ ਭਾਵੇਂ ਉਹ ਸਪੋਰਟਸ ਦਾ ਹੋਵੇ ਹਰ ਪਾਸੇ ਅੱਗੇ ਆ ਕੇ ਹਿੱਸਾ ਪਾਉਂਦੇ ਹਨ ਅਤੇ ਉਸਦੇ ਵਿੱਚ ਉਹ ਨੁਮਾਇੰਦਗੀ ਕਰਦੇ ਹਨ ਅਤੇ ਮੇਰਾ ਜੋ ਫਰਜ਼ ਹੈ ਉਹ ਮੈਨੂੰ ਜਿਹੜੀ ਡਿਊਟੀ ਲਾਈ ਗਈ ਹੈ ਉਹ ਇਸ ਔਰਗਨਾਈਜੇਸ਼ਨ ਬਾਰੇ ਡਿਟੇਲ ਦੇ ਵਿੱਚ ਦੱਸਾਂ ਕਿ ਇਹ ਬਹੁਤੀ ਜ਼ਿਆਦਾ ਟਾਈਮ ਵੀ ਹੈ ਨਹੀਂ ਗਾ ਅਤੇ ਬਾਕੀ ਕਾਫੀ ਜ਼ਿਆਦਾ ਸਮੱਗਰੀ ਜਿਹੜੀ ਹੈ ਦੱਸਣ ਵਾਲੀ ਉਹ ਸਾਡੇ ਜਿਹੜੇ ਸ਼੍ਰੀਮਾਨ ਆਪਣੇ ਸਤਿਕਾਰਯੋਗ ਪਹੁੰਚੇ ਹੋਏ ਸਪੀਕਰ ਹਨ ਉਹ ਉਹਨਾਂ ਨੇ ਬਹੁਤ ਡੂੰਘੇ ਤੌਰ ਦੇ ਉੱਤੇ ਰਿਸਰਚ ਕਰਕੇ ਆਪਣੇ ਸਾਹਮਣੇ ਹੀ ਲੈ ਕੇ ਆਏ ਨੇ ਮੈਂ ਉਹਨਾਂ ਨੂੰ ਤਾਂ ਨਹੀਂ ਕਹਾਂਗਾ ਕਿ ਇੱਕ ਨਵਾਂ ਟੋਪਿਕ ਦੇ ਦਿਉ ਅਤੇ ਉਹਦੇ ਉੱਤੇ ਬੋਲਣਾ ਪਵੇ ਇਹ ਕਾਫੀ ਟਫ ਕੰਮ ਹੈ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਕੰਪੈਰੇਟਿਵ ਅਨਾਲਿਸਿਸ ਦੇਣਾ ਪਵੇ ਇਹ ਤਾਂ ਗੁਰੂ ਸਾਹਿਬ ਆਪ ਵੀ ਜਾਣਦੇ ਨੇ ਗੁਰੂ ਪੰਚਮ ਪਾਤਸ਼ਾਹ ਜਿਨ੍ਹਾਂ ਨੇ ਇਹ ਐਗਰੀਮੈਂਟ ਫੇਸ ਕੀਤੀ ਹੈ ਸੰਸਾਰ ਦੇ ਵਿੱਚ ਕਿ ਕੰਪੈਰੇਟਿਵ ਅਨਾਲਿਸਿਸ ਕੀ ਹੁੰਦਾ ਹੈ ਸਭ ਤੋਂ ਪਹਿਲੇ ਸਪੀਕਰ ਸਨ ਭਾਈ ਸੁਰਜੀਤ ਸਿੰਘ ਜੋ ਕਿ ਵੈਨਕੂਵਰ ਨੇ ਉਹਨਾਂ ਨੇ ਸਾਰੇ ਜਿਹੜੇ ਐਸਪੈਕਟ ਦੱਸੇ ਕਿ ਕੀ ਸਾਡਾ ਸਮਾਜ ਸੀ ਕਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਹਾਈਜੈਕ ਹੋਏ ਹੋਏ ਹਾਂ ਉਹ 'ਤੇ ਬਹੁਤ ਭਰਪੂਰ ਚਾਨਣਾ ਪਾਇਆ ਅਤੇ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਵੀ ਉਹ ਦਾਸ ਦੀ ਜਿਹੜੀ ਇੰਸਟੀਟਿਊਸ਼ਨ ਆਫ ਬੈਕ ਇਨ ਇੰਡੀਆ ਉੱਥੋਂ ਹੀ ਉਹ ਪੜ੍ਹੇ ਹੋਏ ਨੇ ਅਤੇ ਇੱਥੇ ਆ ਕੇ ਕੰਮ ਕਰਦੇ ਨੇ ਔਰ ਮੈਂ ਬੜਾ ਹੈਰਾਨ ਹੋਇਆ ਜਦੋਂ ਉਹਨਾਂ ਨੇ ਇੰਨੀ ਜ਼ਿਆਦਾ ਰਿਸਰਚ ਕਰਕੇ ਆਪਣੇ ਗੁਰੂ ਸੰਗਤ ਦੇ ਸਾਹਮਣੇ ਪ੍ਰਚਾਰ ਪੇਸ਼ ਕੀਤਾ ਅਤੇ ਦੂਸਰੇ ਜੋ ਸਾਡੇ ਡਾਕਟਰ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਸਨ ਉਹ ਡਾਕਟਰ ਤਰਲੋਚਨ ਸਿੰਘ ਨਾਹਲ ਜੀ ਨੇ ਇਹਨਾਂ ਬਾਰੇ ਸਕਾਲਰ ਦੇ ਤੌਰ ਦੇ ਉੱਤੇ ਤਾਂ ਆਪਾਂ ਦੇਖ ਹੀ ਲਏ ਪਰ ਜਿਹੜੀ ਇਹਨਾਂ ਦੇ ਵਿੱਚ ਖਾਸੀਅਤ ਹੈ
ਜਿਹੜੀ ਕਿ ਸਿੱਖ ਕੌਮ ਨੂੰ ਇਸ ਗੱਲ ਦੇ ਉੱਤੇ ਸੋਚਣਾ ਵੀ ਪੈ ਰਿਹਾ ਔਰ ਉਹ 'ਤੇ ਚੱਲਣਾ ਵੀ ਪੈ ਰਿਹਾ ਕਿ ਡਾਕਟਰ ਕਿੰਗ ਨਿਯੋਗ ਦੇ ਨਾਲ ਰਹਿ ਕੇ ਇਹਨਾਂ ਨੇ ਆਪਣਾ ਪੀ ਐਚ ਡੀ ਦਾ ਥੀਸਿਸ ਕੀਤਾ ਹੈ। ਕਿੰਗ ਨਿਯੋਗ ਜਿਸ ਨੂੰ ਕਿ ਪੂਰਾ ਤੁਸੀਂ ਸਿੱਖ ਕਹਿ ਸਕਦੇ ਹੋ, ਉਹ ਵਿਜ਼ਿਟਿੰਗ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਰਹੇ ਨੇ, ਬਾਰਕਲੇ ਯੂਨੀਵਰਸਿਟੀ ਦੇ ਨੇ ਔਰ ਮੇਰਾ ਉਹਨਾਂ ਦੇ ਪ੍ਰਤੀ ਸਤਿਕਾਰ ਇਸ ਤਰ੍ਹਾਂ ਬਣਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਠ ਦਾ ਅਤੇ ਦੂਸਰਾ ਖਰੜੇ ਤਿਆਰ ਕੀਤੇ ਹੋਏ ਲਿਆ ਕੇ ਪੈਰ ਰੱਖੇ ਜਾਂਦੇ ਸਨ, ਮੈਕਲੋਡ ਸੀ ਤਾਂ ਉਹਨਾਂ ਦੇ ਮੈਂ ਕੋਈ ਰੈਂਕਿੰਗਸ ਪੜ੍ਹੀਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਮੇਰੇ ਕੋਲ ਯਾਦ ਨੇ ਕਿ ਉਹਨਾਂ ਨੇ ਲਿਖਿਆ ਸੀ ਕਿ ਜਦੋਂ ਕੋਈ ਇਹਨਾਂ ਦਾ ਪੜ੍ਹ ਕੇ ਸਟੂਡੈਂਟ ਕੁਛ ਸਹੀ ਕੁਐਸਚਨ ਵੀ ਕੁਛ ਸਿੱਖੂਗਾ ਇਸ ਦੁਨੀਆਂ ਦੇ ਵਿੱਚ ਤਾਂ ਉਹਦਾ ਸਹੀ ਆਨਸਰ ਕਿਸ ਨੂੰ ਮਿਲੂਗਾ। ਜਾਣੀ ਕਿ ਕਹਿਣ ਦਾ ਮਤਲਬ ਉਹਨਾਂ ਦੇ ਉਹ ਲਫ਼ਜ਼ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਕਲੋਟ ਤੋਂ ਸਟੱਡੀ ਕਰਵਾ ਰਹੇ ਹਨ, ਜੋ ਵੀ ਇਹਨੂੰ ਪੜੂਗਾ ਉਹਦੇ ਮਨ ਦੇ ਵਿੱਚ ਕੁਛ ਸਹੀ ਆਨਸਰ ਕੁਐਸਚਨ ਵੀ ਪੈਦਾ ਹੋਊਗਾ ਅਤੇ ਉਹ ਸਹੀ ਆਨਸਰ ਕਿੱਥੋਂ ਦਾ ਹੋਊਗਾ। ਅਤੇ ਉਹਦੇ ਵਾਸਤੇ ਇਹਨਾਂ ਕੋਲ ਜਿਹੜਾ ਇਹਨਾਂ ਨੇ ਰਿਸਰਚ ਕੀਤੀਆਂ ਉਹਦੇ ਨਾਲ ਰਹਿ ਕੇ, ਅਤੇ ਮੈਂ ਕਹਿੰਦਾ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਦੋਂ ਇਹਨਾਂ ਨੇ ਟੋਪਿਕ ਡਿਸਕਸ ਕੀਤੇ ਨੇ ਔਰ ਪੂਰੇ ਉਹ ਅਕੈਡਮਿਸ਼ੀਅਨ ਪੁਆਇੰਟ ਆਫ ਵਿਊ ਦੇ ਨਾਲ ਜਿਹੜੇ ਕਿਸੇ ਨੂੰ ਜ਼ਰੂਰਤ ਹੈ ਅੱਗੇ ਜਾ ਕੇ ਜਿਹਨਾਂ ਨੇ ਗੱਲ ਕਰਨੀ ਹੈ ਕਿ ਲੈਂਗੁਇਸਟਿਕ ਪੁਆਇੰਟ ਆਫ ਵਿਊ ਦੇ ਨਾਲ ਕੀ ਨੇ, ਸਪਿਰਚੁਅਲਿਜ਼ਮ ਦੇ ਨਾਲ ਕੀ ਹੈ ਅਤੇ ਹਿਊਮਨਟੇਰੀਅਨ ਦੇ ਨਾਲ ਕੀ ਹੈ ਅਤੇ ਉਹਨਾਂ ਦਾ ਜੋ ਤਾਲਮੇਲ ਅੱਜ ਦੀ ਜਿਹੜੀ ਅਵਸਥਾ ਹੈ ਸਿੱਖਾਂ ਦੀ ਉਹਦੇ ਬਾਰੇ ਡਰ ਪੈਦਾ ਕੀਤਾ ਜਾ ਰਿਹਾ ਹੈ ਔਰ ਹੈ ਵੀ ਆ ਅਖਬਾਰਾਂ ਦੇ ਵਿੱਚ ਵੀ ਹੋਰਾਂ ਸਕਾਲਰਾਂ ਨੇ ਵੀ ਦਿੱਤਾ ਕਿ ਸਿੱਖਾਂ ਦੀ ਜਿਹੜੀ ਜ਼ਿਆਦਾ ਉਹਨਾਂ ਦੇ ਨਾਲ ਤਸ਼ੱਦਦ ਹੈ ਜਿਹੜੇ ਦਲਿਤ ਨੇ ਇਸ ਕਰਕੇ ਜਿਹੜੀ ਉੱਥੇ ਦੰਗੇ ਫਸਾਦ ਹੋ ਰਹੇ ਨੇ। ਪਰ ਮੈਨੂੰ ਬੜਾ ਖੁਸ਼ੀ ਹੈ ਕਿ ਉਹਨਾਂ ਨੇ ਐਸੀ ਗੱਲ ਕਹੀ ਹੈ ਕਿ ਅੱਜ ਅਸੀਂ ਦੋਨੇ ਕ੍ਰੋਸ ਬੋਰਡਰ ਦੇ ਉੱਤੇ ਖੜੇ ਸਿੱਖ ਵੀ ਅਤੇ ਦੂਸਰੇ ਪਾਸੇ ਦਲਿਤ। ਇਹ ਸਿੱਖ ਆਰਗੇਨਾਈਜੇਸ਼ਨ ਜਿਹੜੀ ਡਾਕਟਰ ਅੰਬੇਦਕਰ ਦੇ ਨਾਲ ਸੰਬੰਧਿਤ ਬਣਾਈ ਹੈ ਇਹਦੇ 'ਚ ਇਹ ਨਹੀਂ ਹੈ ਕਿ ਸਿੱਖ ਕੌਣ ਆਇਆ ਔਰ ਜਿਹੜੇ ਸਿੱਖ ਸਿਧਾਂਤ ਗੁਰੂ ਸਾਹਿਬ ਨੂੰ ਮੰਨਦੇ ਨੇ ਉਹਨਾਂ ਦੇ ਵਿੱਚ ਇੱਕ ਵਿਚਾਰਧਾਰਾ ਇਹ ਪੈਦਾ ਹੋਵੇ ਕਿ ਜਿਹਨਾਂ ਦੇ ਇਸ ਤਰ੍ਹਾਂ ਦੇ ਸਿੱਖੀ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਸਕਣ, ਜਿਹੜਾ ਕਿ ਇਹਨਾਂ ਨੇ ਕਿਹਾ ਕਿ ਡਾਇਲੋਗ ਇਜ਼ ਦਾ ਬੈਸਟ ਪ੍ਰੋਸੀਜਰ। ਸੋ ਅੱਜ ਦੇ ਦਿਨ ਦੇ ਵਿੱਚ ਇਸ ਸੈਮੀਨਾਰ ਦੇ ਵਿੱਚੋਂ ਸਾਨੂੰ ਇਹ ਲੱਭਿਆ ਔਰ ਇਹ ਸਭ ਤੋਂ ਵਧੀਆ ਉਪਰਾਲਾ ਦਾ ਇਹ ਹੋ ਸਕਦਾ ਹੈ ਕਿ ਜਿਹੜੀ ਇੱਥੇ ਫਾਊਂਡੇਸ਼ਨ ਹੈ ਇਹਨੂੰ ਐਜ ਏ ਰੂਟ ਐਜ ਏ ਚੈਨਲ ਬਹੁਤ ਵਧੀਆ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ ਹੈ। ਤੀਸਰੇ ਸਿੰਘ ਸਾਹਿਬਾਨ ਭਾਈ ਸਾਹਿਬ ਭਾਈ ਭਜਨ ਸਿੰਘ ਜੀ ਪਿੰਡਰ ਜਿਹਨਾਂ ਨੂੰ ਮੈਂ ਸਟੇਜ 'ਤੇ ਤੀਸਰੀ ਵਾਰ ਬੋਲਦਿਆਂ ਸੁਣਿਆ, ਪਹਿਲੀ ਵਾਰ ਇਹ ਆਏ ਸਨ, ਸਾਡੇ ਇੱਥੇ ਬਹੁਤ ਵੱਡੀ ਟ੍ਰੈਜਡੀ ਹੋਈ ਸੀ ਨਿਰਮਲ ਸਿੰਘ ਥਿੰਦ ਹੋਰਾਂ ਦੀ ਅਤੇ ਉਹਦੇ ਵਿੱਚ ਦੋਸਤਾਂ ਨਾਲ ਪਹੁੰਚੇ ਹੋਏ ਸੀਗੇ, ਮੈਂ ਜਦੋਂ ਇਹਨਾਂ ਦੀ ਸਪੀਚ ਸੁਣੀ। ਉਸ ਤੋਂ ਬਾਅਦ ਦੂਸਰੀ ਵਾਰ ਜਦੋਂ ਇੱਥੇ ਸਾਡੇ ਇਹ ਕਾਨਫਰੰਸ ਹੋਈ ਹੈ ਇੰਟਰਨੈਸ਼ਨਲ ਕਾਨਫਰੰਸ, ਉਹਦੇ ਵਿੱਚ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਔਰ ਤੀਸਰੀ ਵਾਰ ਅੱਜ ਦੇ ਦਿਨ ਮੈਨੂੰ ਪਤਾ ਨਹੀਂ ਕੀ ਮਹਿਸੂਸ ਹੋ ਰਿਹਾ ਸੀ ਕਿ ਵੀ ਜੋ ਪਹਿਲੇ ਪਿੰਡਰ ਸਨ ਉਹ ਅੱਜ ਤਾਂ ਇਹ ਗੱਲ ਕਹਾਣੀ ਕੋਈ ਹੋਰ ਹੈ, ਗੱਲ ਹੀ ਕੋਈ ਹੋਰ ਹੈ, ਪਤਾ ਨਹੀਂ ਕਿੱਥੋਂ ਹੈ ਜਿਹੜੀ ਹੈ ਮਟੀਰੀਅਲ ਲੈ ਕੇ ਸਾਡੇ ਸਾਹਮਣੇ ਪੇਸ਼ ਕਰ ਰਹੇ ਹਨ। ਅਤੇ ਇਹਨਾਂ ਨੂੰ ਮੁਬਾਰਕ ਹੈ ਔਰ ਸਾਡੇ ਇਹ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਸੈਕਟਰੀ ਜਨਰਲ ਸੈਕਟਰੀ ਸਾਹਿਬਾਨ ਵੀ ਹਨ ਜਿਨ੍ਹਾਂ ਨੇ ਸਾਡੀਆਂ ਇਹ ਜਿਹੜੀਆਂ ਸਾਂਝਾਂ ਨੇ ਬਾਕੀ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਅਤੇ ਉੱਥੋਂ ਦੇ ਜਿਹੜੇ ਹੈਗੇ ਨੇ ਕਲੈਕਟਿਵ ਅਪਰੋਚ ਲਿਆ ਕੇ ਆਪਣੇ ਨਾਲ ਸਾਂਝੀ ਕਰਨੀ। ਸੋ ਉਸ ਤੋਂ ਬਾਅਦ ਭਾਈ ਰਾਮਪਾਲ ਭਾਈ ਸਾਹਿਬ ਭਾਈ ਰਾਮਪਾਲ ਜੀ ਜੋ ਕਿ ਇੰਡੀਆ ਦੇ ਮਿਨਿਸਟਰ ਨੇ ਐਗਰੀਕਲਚਰ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਜਿਹੜਾ ਕਿ ਸਭ ਤੋਂ ਵੱਡਾ ਅਦਾਰਾ ਹੈ ਅਤੇ ਉਹਦੇ ਵਿੱਚ ਉਹ ਕੰਮ ਕਰਦੇ ਰਹੇ ਨੇ, ਉਹਨਾਂ ਦੀ ਐਜੂਕੇਸ਼ਨ ਰਾਮ ਮੀਡੀਆ ਜਿਹੜਾ ਟੈਕਨੀਕਲ ਕਾਲਜ ਹੈ ਉੱਥੋਂ ਹੈ, ਇੰਸਟੀਚਿਊਟ ਤੋਂ ਪਗਵਾੜਾ ਸਾਹਿਬ ਪਗਵਾੜੇ ਤੋਂ, ਅਤੇ ਉਹਨਾਂ ਨੇ ਐਗਜੈਕਟਿਵ ਇੰਜੀਨੀਅਰ ਦਾ ਕੰਮ ਕੀਤਾ ਉੱਥੇ ਅਤੇ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਵਿੱਚ ਰਹਿ ਕੇ ਸਾਰਾ ਕੁਛ ਜਿਹੜਾ ਗ੍ਰੈਸਪ ਕੀਤਾ ਉਹ ਸਾਡੇ ਨਾਲ ਸਾਂਝਾ ਕੀਤਾ ਅਤੇ ਬੜੇ ਚੰਗੀਆਂ ਵਿਚਾਰਧਾਰਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਹੋਰ ਚੰਗੇ ਤਰੀਕੇ ਨਾਲ ਸਮਝ ਕੇ ਅੱਗੇ ਪੇਸ਼ ਕੀਤੇ। ਅਤੇ ਉਸ ਤੋਂ ਬਾਅਦ ਜਿਹੜੇ ਬੁਲਾਰੇ ਹਨ ਬੁਲਾਰੇ ਨੇ ਉਹ ਸਾਰੇ ਅਸੀਂ ਜਾਣਦੇ ਹੀ ਹਾਂ ਸਾਡੇ ਆਪਣੇ ਨੇ, ਇਸ ਕਰਕੇ ਉਹਨਾਂ ਨੂੰ ਟਾਈਮ ਵੀ ਬਾਅਦ 'ਚ ਦਿੱਤਾ ਗਿਆ ਅਤੇ ਉਸ ਵਕਤ ਟਾਈਮ ਨਾ ਵੀ ਮਿਲਦਾ ਕਿਉਂਕਿ ਕੱਲ੍ਹ ਵੀ ਇਹਨਾਂ ਨੂੰ ਨਹੀਂ ਸੀ ਦਿੱਤਾ। ਪਰ ਉਹਨਾਂ ਨੇ ਬਹੁਤ ਸੋਹਣੇ ਜੋ ਗੁਰੂ ਗ੍ਰੰਥ ਸਾਹਿਬ ਦੀ ਇਬਾਦਤ ਹੈ ਇਹ ਬੜੀ ਇੰਪੋਰਟੈਂਟ ਹੈ
ਉਹਦੀ ਇੰਪੋਰਟੈਂਸ ਕਿ ਵੀ ਜੋ ਸ਼ੁੱਧ ਹੈ ਚਾਹੇ ਕੋਈ ਵੀ ਨੀਚੀ ਜਾਤਾ ਹੈ ਚਾਹੇ ਉੱਚੀ ਜਾਤਾ ਹੈ ਉਹ ਇਕਲਿਬ੍ਰਿਅਮ ਸਟੇਟ ਦੇ ਵਿੱਚ ਤਾਂ ਆ ਸਕਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਦੇ ਮੁਤਾਬਕ ਚੱਲੇ ਨਾਮ ਸਿਮਰਨ ਅਭਿਆਸ ਕਰੇਗੀ ਜਿਹੜਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਦੱਸਿਆ ਹੈ ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਜਿਹੜੀ ਜਾਤ ਪਾਤ ਕਹੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਉਹਨਾਂ ਨੇ ਲਿਖਿਆ ਕਿ ਚਕਰ ਚਿੰਨ ਪਰਮ ਜਾਤ ਪਾਤਮਾ ਹੰਸਾ ਰੂਪ ਰੰਗ ਬੇਕੂ ਕਹਿ ਨਾ ਸਕਦਾ ਤੇ ਜੈਸਾ ਅਸੀਂ ਸੋਚਦੇ ਹਾਂ ਜੈਸਾ ਅਸੀਂ ਵਿਚਰਦੇ ਹਾਂ ਉਸੇ ਸਾਡੀ ਸੋਚ ਬਣ ਜਾਂਦੀ ਹੈ ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਨਾਲ ਜਿਹੜੀ ਬਾਹਰ ਆ ਕੇ ਖਾਲਸਾ ਸਿਰਜਣਾ ਕਰਨ ਤੋਂ ਇੰਪਲੀਮੈਂਟ ਫੇਸ ਦੇ ਵਿੱਚ ਆਈ ਹੈ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਹੋ ਰਹੀ ਹੈ ਚੱਕਰ ਚੰਨਲ ਫਰਮ ਜਾਤ ਪਾਤ ਹੈ ਪਹਿਲਾ ਸ਼ਲੋਕ ਹੀ ਉਹਨਾਂ ਦਾ ਇਹ ਪਹਿਲੇ ਲਫ਼ਜ਼ ਹੀ ਤੇ ਉਹਨਾਂ ਨੇ ਕਰਕੇ ਦਿਖਾਇਆ ਹੈ ਇੰਪਲੀਮੈਂਟ ਕਰਕੇ ਦਿਖਾਇਆ ਕਿ ਕਿਸ ਤਰ੍ਹਾਂ ਇਸ ਦਰਬਾਰ ਦੇ ਉੱਤੇ ਮਨਜ਼ੂਰ ਨਹੀਂ ਹੈ ਕਿਸੇ ਨੂੰ ਨੀਚ ਕਿਹਾ ਜਾਵੇ ਕਿਸੇ ਨੂੰ ਚੁੰਮ ਕਿਹਾ ਜਾਵੇ ਇਹ ਸਭ ਬਰਾਬਰ ਹੈ ਤੋ ਇਸ ਕਰਕੇ ਇਹ ਜਿਹੜੀ ਆਰਗਨਾਈਜੇਸ਼ਨ ਹੈ ਇਸ ਗੱਲ ਨੂੰ ਸਮਰਪਿਤ ਹੈ ਤੇ ਦਾਸ ਜੋ ਹੈ ਬਾਬਾ ਜੀ ਬਾਰੇ ਜੋ ਕਹਿਣਾ ਹੈ ਉਹ ਪਹਿਲਾਂ ਸਾਰੇ ਬੁਲਾਰੇ ਕਵਰ ਕਰ ਚੁੱਕੇ ਹਨ ਮੈਂ ਸਿੱਧੇ ਪੰਜਾਬੀ ਦੇ ਵਿੱਚ ਲਾਕਾਂ ਦੇ ਵਿੱਚ ਕਹਿੰਦਾ ਕਿ ਮੈਨੂੰ ਮਿਸ਼ਨ ਅਤੇ ਵਿਜ਼ਨ ਸਟੇਟਮੈਂਟ ਲਿਖਣ ਵਾਲੇ ਵੇਲੇ ਕੁਛ ਸ਼ੰਕੇ ਪੈਦਾ ਹੋਏ ਉਹਦੇ ਵਿੱਚ ਪ੍ਰੋਬਲਮ ਆ ਗਈ ਮੈਨੂੰ ਕਿ ਸਿੱਖ ਜਿਹੜੇ ਨੇ ਅੰਡਰ ਰਿਪ੍ਰੈਜੈਂਟੇਟਿਵ ਨੇ ਇਹ ਬਾਬਾ ਜੀ ਦੇ ਬਦੌਲਤ ਹੋਏ ਨੇ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਚੱਲਣਾ ਮੁਸ਼ਕਲ ਹੋ ਗਿਆ ਮੈਂ ਆਪਣੇ ਸੱਜਣਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਬੜੀ ਵਧੀਆ ਕਿਤਾਬ ਦਿੱਤੀ ਉਹਦੇ ਵਿੱਚੋਂ ਜੋ ਮੈਨੂੰ ਉਹਨੇ ਰੈਫਰੈਂਸ ਕੋਟ ਕੀਤਾ ਉਹ ਇਹ ਹੈ ਕਿ ਬਾਬਾ ਜੀ ਨੇ ਜਿਵੇਂ ਪਿੰਟੂ ਸਾਹਿਬ ਨੇ ਕਿਹਾ ਕਿ ਵੀ ਜੇ ਸੁਲਤਾਨ ਨੂੰ ਕਦੇ ਪਾੜਨ ਦਾ ਮੌਕਾ ਮਿਲੇ ਤਾਂ ਸਭ ਤੋਂ ਪਹਿਲਾ ਬੰਦਾ ਮੈਂ ਹੋਵਾਂਗਾ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਐਸੀਆਂ ਮੇਰੇ ਕੋਲ ਪਵਾ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਠੀਕ ਨੇ ਨਾਲ ਇਹ ਵੀ ਗੱਲ ਕਹਿੰਦੇ ਨੇ ਉਹਨੂੰ ਪੁੱਛਿਆ ਕਿਸੇ ਨੇ ਉਹਨੂੰ ਸਪੀਚ ਸੁਣੀ ਉਹ ਕਹਿੰਦੇ ਨੇ ਸੁਲਤਾਨ ਚਾਹੇ ਕੋਈ ਵੀ ਹੋਵੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਸਾਡੀ ਉਸ ਵਿਚਾਰਧਾਰਾ ਨਾਲ ਟੈਲੀ ਕਰਨੀ ਹੈ ਤੇ ਸਾਨੂੰ ਉਹਦੇ ਚੋਂ ਬੈਨੀਫਿਟ ਕੀ ਹੋਣਾ ਉਹ ਕਹਿ ਰਹੇ ਸੁਲਤਾਨ ਚਾਹੇ ਕੋਈ ਵੀ ਹੋਵੇ ਅਗਰ ਚੰਗੇ ਤੋਂ ਚੰਗਾ ਸੁਲਤਾਨ ਵੀ ਮਾੜੇ ਬੰਦਿਆਂ ਦੇ ਹੱਥ ਲੱਗ ਗਿਆ ਤਾਂ ਉਹਨਾਂ ਨੂੰ ਤਾਂ ਉਦੋਂ ਨੂੰ ਨਹਿਸ਼ ਕਰ ਦੇਣਾ ਹੈ ਕੋਈ ਚੀਜ਼ ਉਹਦਾ ਫਾਇਦਾ ਨਹੀਂ ਹੋਏਗਾ ਦੂਸਰਾ ਕਦੇ ਸੁਲਤਾਨ ਕੋਈ ਮਾੜਾ ਨਹੀਂ ਬਣ ਰਿਹਾ ਕਿਤੇ ਚੰਗਿਆਂ ਇਨਸਾਨਾਂ ਦੇ ਹੱਥ ਲੱਗ ਰਹੇ ਤਾਂ ਉਹਦੇ ਨਾਲ ਹੀ ਉਹ ਜਿਹੜੀ ਹੈਗੇ ਸੁਲਤਾਨ ਨੂੰ ਚੇਂਜ ਕਰਕੇ ਰੱਖ ਦਿੰਦੇ ਨੇ ਕਿ ਉਹਨਾਂ ਦੀ ਸਪੀਚ ਅਤੇ ਅੱਜ ਜੇ ਉਹਨਾਂ ਦੇ ਵਿਚਾਰ ਨੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਟੈਡੀ ਹੈ ਉਹਦੇ ਵਿੱਚ ਜਿਹੜੀ ਹੈ ਐਕੂਰੇਸੀ ਬਹੁਤ ਇੰਪੋਰਟੈਂਟ ਰੱਖਦੀ ਹੈ ਜਿਹੜਾ ਕਿ ਲਗਾਤਾਰ ਕੰਨਾਂ ਤੋਂ ਲੈ ਕੇ ਅਸੀਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬੜੇ ਆਰਥੋਡੋਕਸ ਨੇ ਟਕਸਾਲ ਵਾਲੇ ਬੰਦੇ ਉਹ ਬਹੁਤ ਜ਼ਿਆਦਾ ਪੜ੍ਹਾਉਂਦੇ ਨੇ ਐਂ ਕਰਦੇ ਨੇ ਉਹ ਵੀ ਇੱਕ ਵੇ ਆਫ ਟੀਚਿੰਗ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਬਾਈਬਲ ਨੂੰ ਇਸ ਤਰੀਕੇ ਨਾਲ ਟੀਚ ਕਰਦੇ ਸੁਣੇ ਨੇ ਉਹ ਕਹਿੰਦੇ ਨੇ ਲੱਭ ਉਹੀ ਹੁੰਦਾ ਹੈ ਸਿਰਫ ਪ੍ਰੋਨਾਊਂਸੀਏਟ ਕਰਨ ਦੇ ਵਿੱਚ ਫਰਕ ਪੈ ਜਾਂਦਾ ਅਤੇ ਉਹਦੇ ਨਾਲ ਹੀ ਸਾਰਾ ਸੰਸਾਰ ਬਦਲ ਜਾਂਦਾ ਸੋ ਇਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਇਕਾਗਰਤਾ ਹੈ ਜੋ ਸਾਰਾ ਕੁਛ ਮਿਲਦਾ ਹੈ ਐਕੂਰੇਸੀ ਹੈ ਅੱਜ ਦੀ ਰੇਟ ਦੇ ਵਿੱਚ 21ਵੀਂ ਸਦੀ ਦੇ ਵਿੱਚ ਜੋ ਸਟੱਡੀਜ਼ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਮਾਇੰਡ ਚੇਂਜ ਦੀ ਗੱਲ ਆ ਰਹੀ ਹੈ ਜਿਹੜੀ ਐਜੂਕੇਸ਼ਨ ਉਹ ਮਾਇੰਡ ਚੇਂਜ ਕਰ ਰਹੀ ਹੈ ਮਾਇੰਡ ਚੇਂਜ ਕਰਨ ਦੀ ਟੌਪ ਦੀ ਫਿਲੋਸਫੀ ਜਿਹੜੀ ਉਹਨਾਂ ਨੇ ਦਿੱਤੀ ਉਹ ਕਹਿੰਦੇ ਐਕੂਰੇਸੀ ਇਸੇ ਕਰਕੇ ਡਿਸਕਸ਼ਨ ਹੁੰਦੀਆਂ ਨੇ ਹੋਰ ਸਾਰੀਆਂ ਹੁੰਦੀਆਂ ਨੇ ਅੱਜ 21ਵੀਂ ਸਦੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸਨੇ ਵੀ ਆਉਣਾ ਜਿਸਨੇ ਦੇਖਣਾ ਕਿ ਇਹਦੀ ਲਗਾ ਮਾਤਰਾ ਉਹਦੇ ਵਿੱਚ ਰੱਖੀ ਗਈ ਹੈ ਇਹ 'ਚ ਇੰਨੀਆਂ ਬਾਣੀਆਂ ਨੇ ਤਾਂ ਉਸਨੇ ਸਾਰੇ ਨੇ ਸਾਰੇ ਸੰਸਾਰ ਨੇ ਕੈਡਮਿਸ਼ਨਸ ਨੇ ਇਹਨੂੰ ਸਮਰਪਿਤ ਕਰਨਾ ਇੱਕ ਤਾਂ ਕਿ ਮੇਰੇ ਵਰਗਾ ਇੱਕ ਤਾਂ ਜਾਣਨ ਵਾਲਾ ਸਿੱਖ ਅਸੀਂ ਕੀ ਹਾਂ ਸਿਰਫ ਮੈਂ ਤਾਂ ਇਹ ਸਮਝਦਾ ਹੁੰਦਾ ਕਿ ਸਿਰਫ ਗੇਟ ਇੱਕ ਸਾਨੂੰ ਗੁਰੂ ਸਾਹਿਬਾਨਾਂ ਨੇ ਬਣਾਇਆ ਕਿ ਵੀ ਇਹਨੂੰ ਪਾਈ ਇਸ ਦਰਬਾਰ ਦੇ ਚੌਕੀਦਾਰ ਬਣ ਕੇ ਪਹਿਰਾ ਦਿਓ ਤਾਂ ਕਿ ਸੰਸਾਰ ਨੂੰ ਜਦੋਂ ਲੋੜ ਪਵੇ ਤਾਂ ਵੱਧ ਲੈਣ ਤੋ ਇਹਨੀ ਗੱਲਾਂ ਕਹਿੰਦਾ ਫਿਰ ਅਰਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹੈ ਖਾਸ ਤੌਰ ਉੱਤੇ ਜਿਨ੍ਹਾਂ ਨੇ ਇੰਨੀ ਪੇਸ਼ੈਂਸੀ ਦੇ ਨਾਲ ਆਪਣੀ ਸੇਵਾ ਨਿਭਾਈ ਹੈ ਅਤੇ ਇਸੇ ਤਰ੍ਹਾਂ ਅਸੀਂ ਉਮੀਦ ਰੱਖਦੇ ਹਾਂ ਕਿ ਗੁਰੂ ਦੀ ਸੰਗਤਾਂ ਸਾਥ ਦੇਣਗੀਆਂ ਆਪਾਂ ਸਾਰੇ ਰਲ ਕੇ ਇਹ ਹਮਲਾ ਮਾਰਾਂਗੇ ਇਹ ਜੋ ਸੈਮੀਨਾਰ ਹੋਇਆ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੀ ਸੰਗਤ ਤੋਂ ਵੱਖਰਾ ਨਹੀਂ ਹੈ ਉਹਦਾ ਹੀ ਇੱਕ ਹਿੱਸਾ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈ ਇੱਕ ਦੂਸਰੇ ਨੂੰ ਸਪੋਰਟ ਦੇ ਰਹੇ ਹਾਂ ਤਾਂ ਕਿ ਬਿਹਤਰੀਨ ਸਮਾਜ ਜਿਹੜਾ ਸਿਰਜਿਆ ਜਾ ਸਕੇ ਇਹਨੇ ਲਫ਼ਜ਼ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ